ਉਹਨਾਂ ਨਾਲ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਡਰਿੰਕ ਕਰੀ ਹੋਈ ਹੈ ਅਤੇ ਖੈਣੀ ਕਿਉਂ ਖਾ ਰਹੇ ਹੋ ਇੱਥੇ ਖੈਣੀ ਖੈਣੀ ਖਾਂਦੇ ਆ ਨਾ ਜਿਹੜੇ ਉਹਨੂੰ ਲੈ ਕੇ ਵੀ ਓਬਜੈਕਟ ਕਰ ਰਹੇ ਸੀ ਦੋ ਪਰਸਨ ਕਿ ਤੁਸੀਂ ਇਸ ਏਰੀਏ 'ਚ ਸ਼ਰਾਬ ਕਿਉਂ ਪੀਤੀ ਹੋਈ ਹੈ ਅਤੇ ਖੈਣੀ ਖੈਣੀ ਕਿਉਂ ਖਾ ਰਹੇ ਹੋ ਅਤੇ ਉਹ ਝਗੜਾ ਵੱਧਦਾ ਗਿਆ ਅਤੇ ਇੱਕ ਥਰਡ ਪਰਸਨ ਜਿਹੜਾ ਉਹ ਵੀ ਉਹਨਾਂ ਨੂੰ ਜੁਆਇਨ ਕਰ ਗਿਆ ਉਹਨਾਂ ਨੇ ਉਹਨੂੰ ਇੰਜਰ ਕਰਤਾ ਹਰਮਨਜੀਤ ਨੂੰ ਅਤੇ ਉਹ ਉੱਥੇ ਉਹਦੇ ਲਾਗੇ ਇੱਕ ਹੋਰ ਹੋਟਲ ਹੈ ਉੱਥੇ ਜਾ ਕੇ ਡਿੱਗ ਗਏ ਅਤੇ ਰਾਤ ਭਰ ਉੱਥੇ ਪਏ ਰਹੇ ਇਹ ਬੜਾ ਅਨਫੋਰਚੁਨੇਟ ਹੈ ਵੀ ਕਿਸੇ ਨੇ ਵੀ ਉਹਨੂੰ ਹੈਲਪ ਨਹੀਂ ਕਰੀ ਜਿਹੜਾ ਜ਼ਖਮੀ ਹੋ ਗਿਆ ਸੀਗਾ ਨਾ ਹੀ ਪੁਲਿਸ ਨੂੰ ਇਨਫੋਰਮ ਕੀਤਾ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨਾਲ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਡਰਿੰਕ ਕਰੀ ਹੋਈ ਹੈ ਅਤੇ ਖੈਣੀ ਕਿਉਂ ਖਾ ਰਹੇ ਹੋ ਇੱਥੇ ਖੈਣੀ ਖੈਣੀ ਖਾਂਦੇ ਆ ਨਾ ਜਿਹੜੇ ਉਹਨੂੰ ਲੈ ਕੇ ਵੀ ਓਬਜੈਕਟ ਕਰ ਰਹੇ ਸੀ ਦੋ ਪਰਸਨ ਕਿ ਤੁਸੀਂ ਇਸ ਏਰੀਏ 'ਚ ਸ਼ਰਾਬ ਕਿਉਂ ਪੀਤੀ ਹੋਈ ਹੈ ਅਤੇ ਖੈਣੀ ਖੈਣੀ ਕਿਉਂ ਖਾ ਰਹੇ ਹੋ ਅਤੇ ਉਹ ਝਗੜਾ ਵੱਧਦਾ ਗਿਆ ਅਤੇ ਇੱਕ ਥਰਡ ਪਰਸਨ ਜਿਹੜਾ ਉਹ ਵੀ ਉਹਨਾਂ ਨੂੰ ਜੁਆਇਨ ਕਰ ਗਿਆ ਉਹਨਾਂ ਨੇ ਉਹਨੂੰ ਇੰਜਰ ਕਰਤਾ ਹਰਮਨਜੀਤ ਨੂੰ ਅਤੇ ਉਹ ਉੱਥੇ ਉਹਦੇ ਲਾਗੇ ਇੱਕ ਹੋਰ ਹੋਟਲ ਹੈ ਉੱਥੇ ਜਾ ਕੇ ਡਿੱਗ ਗਏ ਅਤੇ ਰਾਤ ਭਰ ਉੱਥੇ ਪਏ ਰਹੇ ਇਹ ਬੜਾ ਅਨਫੋਰਚੁਨੇਟ ਹੈ ਵੀ ਕਿਸੇ ਨੇ ਵੀ ਉਹਨੂੰ ਹੈਲਪ ਨਹੀਂ ਕਰੀ ਜਿਹੜਾ ਜ਼ਖਮੀ ਹੋ ਗਿਆ ਸੀਗਾ ਨਾ ਹੀ ਪੁਲਿਸ ਨੂੰ ਇਨਫੋਰਮ ਕੀਤਾ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨਾਲ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਡਰਿੰਕ ਕਰੀ ਹੋਈ ਹੈ ਅਤੇ ਖੈਣੀ ਕਿਉਂ ਖਾ ਰਹੇ ਹੋ ਇੱਥੇ ਖੈਣੀ ਖੈਣੀ ਖਾਂਦੇ ਆ ਨਾ ਜਿਹੜੇ ਉਹਨੂੰ ਲੈ ਕੇ ਵੀ ਓਬਜੈਕਟ ਕਰ ਰਹੇ ਸੀ ਦੋ ਪਰਸਨ ਕਿ ਤੁਸੀਂ ਇਸ ਏਰੀਏ 'ਚ ਸ਼ਰਾਬ ਕਿਉਂ ਪੀਤੀ ਹੋਈ ਹੈ ਅਤੇ ਖੈਣੀ ਖੈਣੀ ਕਿਉਂ ਖਾ ਰਹੇ ਹੋ ਅਤੇ ਉਹ ਝਗੜਾ ਵੱਧਦਾ ਗਿਆ ਅਤੇ ਇੱਕ ਥਰਡ ਪਰਸਨ ਜਿਹੜਾ ਉਹ ਵੀ ਉਹਨਾਂ ਨੂੰ ਜੁਆਇਨ ਕਰ ਗਿਆ ਉਹਨਾਂ ਨੇ ਉਹਨੂੰ ਇੰਜਰ ਕਰਤਾ ਹਰਮਨਜੀਤ ਨੂੰ ਅਤੇ ਉਹ ਉੱਥੇ ਉਹਦੇ ਲਾਗੇ ਇੱਕ ਹੋਰ ਹੋਟਲ ਹੈ ਉੱਥੇ ਜਾ ਕੇ ਡਿੱਗ ਗਏ ਅਤੇ ਰਾਤ ਭਰ ਉੱਥੇ ਪਏ ਰਹੇ ਇਹ ਬੜਾ ਅਨਫੋਰਚੁਨੇਟ ਹੈ ਵੀ ਕਿਸੇ ਨੇ ਵੀ ਉਹਨੂੰ ਹੈਲਪ ਨਹੀਂ ਕਰੀ ਜਿਹੜਾ ਜ਼ਖਮੀ ਹੋ ਗਿਆ ਸੀਗਾ ਨਾ ਹੀ ਪੁਲਿਸ ਨੂੰ ਇਨਫੋਰਮ ਕੀਤਾ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨਾਲ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਡਰਿੰਕ ਕਰੀ ਹੋਈ ਹੈ ਅਤੇ ਖੈਣੀ ਕਿਉਂ ਖਾ ਰਹੇ ਹੋ ਇੱਥੇ ਖੈਣੀ ਖੈਣੀ ਖਾਂਦੇ ਆ ਨਾ ਜਿਹੜੇ ਉਹਨੂੰ ਲੈ ਕੇ ਵੀ ਓਬਜੈਕਟ ਕਰ ਰਹੇ ਸੀ ਦੋ ਪਰਸਨ ਕਿ ਤੁਸੀਂ ਇਸ ਏਰੀਏ 'ਚ ਸ਼ਰਾਬ ਕਿਉਂ ਪੀਤੀ ਹੋਈ ਹੈ ਅਤੇ ਖੈਣੀ ਖੈਣੀ ਕਿਉਂ ਖਾ ਰਹੇ ਹੋ ਅਤੇ ਉਹ ਝਗੜਾ ਵੱਧਦਾ ਗਿਆ ਅਤੇ ਇੱਕ ਥਰਡ ਪਰਸਨ ਜਿਹੜਾ ਉਹ ਵੀ ਉਹਨਾਂ ਨੂੰ ਜੁਆਇਨ ਕਰ ਗਿਆ ਉਹਨਾਂ ਨੇ ਉਹਨੂੰ ਇੰਜਰ ਕਰਤਾ ਹਰਮਨਜੀਤ ਨੂੰ ਅਤੇ ਉਹ ਉੱਥੇ ਉਹਦੇ ਲਾਗੇ ਇੱਕ ਹੋਰ ਹੋਟਲ ਹੈ ਉੱਥੇ ਜਾ ਕੇ ਡਿੱਗ ਗਏ ਅਤੇ ਰਾਤ ਭਰ ਉੱਥੇ ਪਏ ਰਹੇ ਇਹ ਬੜਾ ਅਨਫੋਰਚੁਨੇਟ ਹੈ ਵੀ ਕਿਸੇ ਨੇ ਵੀ ਉਹਨੂੰ ਹੈਲਪ ਨਹੀਂ ਕਰੀ ਜਿਹੜਾ ਜ਼ਖਮੀ ਹੋ ਗਿਆ ਸੀਗਾ ਨਾ ਹੀ ਪੁਲਿਸ ਨੂੰ ਇਨਫੋਰਮ ਕੀਤਾ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ।